ਫਿਰ ਵੀ ਅਸਾਂ ਵਿਹੜੇ ਮੁੰਡੇ ਦੇ ਘਰ ਦੇ ਨਜ਼ਦੀਕ ਪਹੁੰਚ ਚੁੱਕੇ ਹਾਂ। ਇਹ ਦੇਖੋ ਵਿਹੜੇ ਮੁੰਡੇ ਦਾ ਘਰ ਹੈ ਪਿਆ, ਤਾਂ ਇਹ ਬੋਰਡ ਲਗਾ ਖੜ੍ਹੇ। ਦੇਖੋ ਅਸਾਂ ਇੱਥੇ ਵੀਡੀਓ ਬਣਾਏ ਸੂੰ ਵਿਹੜੇ ਮੁੰਡੇ ਦੇ ਇਕੱਠੇ, ਔਰ ਤੁਹਾਂ ਕੋ ਲਿਖੇ ਸੂੰ, ਤਾਂ ਵੀਡੀਓ ਦੇ ਨਾਲ ਨਾਲ ਰਾਣੇ, ਤਾਂ ਚੈੱਕ ਕਰੋ ਵੇ। ਦੋਸਤੋ ਅਸਲਾਮ ਅਲੈਕੁਮ, ਮੈਂ ਮੁਹੰਮਦ ਇਰਫਾਨ, ਤੁਸੀਂ ਦੇਖਦੇ ਪਏ ਮੇਰਾ ਯੂਟਿਊਬ ਚੈਨਲ ਇਰਫਾਨ ਸਰਾਇਕੀ। ਤਾਂ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਕੇ ਨੂੰ ਤਵਗਾ ਕਰਨੇ ਆ ਅੱਜ ਦੀ ਮਜ਼ੇਦਾਰ ਵੀਡੀਓ ਸਟਾਰਟ। ਤਾਂ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਅਸੀਂ ਕਿਹਾ ਜੇ ਅਸਾਂ ਵਿਹੜੇ ਮੁੰਡੇ ਕੇ ਗਏ ਖੜ੍ਹੇ ਹਾਂ, ਤਾਂ ਉਹਨਾਂ ਨੂੰ ਮੁਲਾਕਾਤ ਕੀ ਕਰਨੇ ਆਏ, ਤਾਂ ਤੁਹਾਨੂੰ ਵੀ ਮਿਲ ਰਹੇ ਆਏ। ਤਾਂ ਅੱਜ ਬਹੁਤ ਜ਼ਿਆਦਾ ਮਜ਼ਾ ਸੀ ਔਰ ਮੇਰੇ ਦਿਲ ਦੀ ਬਹੁਤ ਜ਼ਿਆਦਾ ਧੜਕਣ ਤੇਜ਼ ਹੈ ਪਈ, ਕਿਉਂਕਿ ਅੱਜ ਅਸਾਂ ਉਹ ਵੱਡੀ ਹਸਤੀ ਕੋ ਮਿਲਣ ਆਏ ਖੜ੍ਹੇ ਆਏ, ਬਹੁਤ ਹੀ ਵੱਡੇ ਯੂਟਿਊਬਰ ਕੋ ਮਿਲਣ ਆਏ ਖੜ੍ਹੇ ਆਏ, ਅੱਜ ਕੋ ਮਿਲਦੇ ਹਾਂ ਔਰ ਤੁਹਾਨੂੰ ਵੀ ਦਿਖੇ ਨੇ, ਤਾਂ ਅਸਾਂ ਵੀ ਦਿੰਦੇ ਹਾਂ। ਤਾਂ ਦੋਸਤੋ ਅਸਾਂ ਉਹਨੇ ਹੁਣ ਪੁੱਛ ਕੇ ਆ ਗਏ ਹਾਂ ਕਿ ਉਹ ਕਿ ਅੱਜ ਵਿਹਲਾ ਮੁੰਡਾ ਘਰ ਕੋਈ ਨਹੀਂ, ਤਾਂ ਸ਼ਾਮ ਕੋ ਵਿਹਲਾ ਸੀ, ਤਾਂ ਅਸਾਂ ਅੱਜ ਤਾਈਂ ਰਹਿੰਦੇ ਪਏ ਵਿਹਲੇ ਮੁੰਡੇ ਕੋਲ, ਤਾਂ ਸ਼ਾਮ ਕੋ ਉਹਨਾਂ ਨਾਲ ਮੁਲਾਕਾਤ ਕਰਵੇ ਸੂੰ ਔਰ ਤੁਹਾਨੂੰ ਦੂਜੀ ਵੀਡੀਓ ਸ਼ੇਅਰ ਕਰੇ ਸੂੰ ਤੁਹਾਡੇ ਨਾਲ। ਤਾਂ ਚੈਨਲ ਕੋ ਸਬਸਕ੍ਰਾਈਬ ਕਰ ਰਹੇ ਹੋ ਤਾਂ ਘੰਟੇ ਦੇ ਨਿਸ਼ਾਨ ਕੋ ਪ੍ਰੈਸ ਕਰ ਰਹੇ ਹੋ, ਤਾਂ ਕਿ ਕੱਲ੍ਹ ਵਿਹਲੇ ਮੁੰਡੇ ਨਾਲ ਅਸਾਂ ਮੁਲਾਕਾਤ ਕਰੇ ਸੂੰ, ਉਹਦੇ ਇਕੱਠੇ ਅਸਾਂ ਵੀਡੀਓ ਚੜ੍ਹੇ ਸੂੰ, ਔਰ ਜਿਵੇਂ ਵੀਡੀਓ ਆ ਸੀ ਨਾ ਉਹ ਤੁਹਾਨੂੰ ਲਿਖੇ ਸੂੰ, ਤਾਂ ਪਿੱਛੋਂ ਵਿਹਲੇ ਮੁੰਡੇ ਦੇ ਘਰ ਦਾ ਮਾਹੌਲ ਤੁਹਾਨੂੰ ਚੈੱਕ ਕਰਵਾਉਣੇ ਆ, ਤਾਂ ਮੈਂ ਪਿੱਛੋਂ ਦਾ ਕੈਮਰਾ ਲੈਣਾ ਪਿਆ, ਇਹ ਚੈੱਕ ਕਰੋ ਵਿਹਲੇ ਮੁੰਡੇ ਦੇ ਪਿੱਛੋਂ ਦਾ ਮਾਹੌਲ। ਇਹ ਦੋਸਤੋ ਇੱਥਾਂ ਵੀ ਬਹੁਤ ਸਾਰੇ ਬੀਏ ਮਹਿਮਾਨ ਵੀ ਆਏ ਖੜ੍ਹਿਆਂ ਨੂੰ ਦੇ, ਆਪਣੇ ਖੋਤੇ ਪੁਣਾ ਟੋਕਾ ਪੈਂਦਾ ਪਏ, ਘਾਸ ਟੈਂਦਾ ਪਏ, ਪੱਠੇ ਪੈਂਦੇ ਥਿਆ ਰਸਤਾ ਨਾ, ਇਸ ਰਸਤੇ ਕੋਲ ਚੌਕ ਤੋਂ ਰਸਤਾ ਸਿੱਧਾ ਆਉਂਦਾ ਔਰ ਸਾਹਮਣੇ ਉਹਨਾਂ ਦੇ ਘਰ ਇਕੱਠੇ ਥਾਏ ਖੜਨ, ਔਰ ਇਹ ਰਸਤਾ ਉਹਨਾਂ ਦਾ ਅਗਰ ਚੱਲਦਾ ਪਿਆ, ਇਹ ਜਿਹੜਾ ਘਰ ਹੈ ਇਹ ਉਹਨਾਂ ਦਾ ਪੁਰਾਣਾ ਘਰ ਹੈ ਪਿਆ, ਇਹ ਸਰ ਇਹਦੇ ਪਿਆ ਕਿ ਟਾਲੇ ਤੋਂ ਵੀ ਕੈਮਰਾ ਲੱਗਾ ਹੋਇਆ, ਇਹ ਉਹਨਾਂ ਦਾ ਪੁਰਾਣਾ ਘਰ ਹੀ ਪਿਆ ਪੈ ਗਿਆ, ਇੱਕ ਕੈਮਰਾ ਨਾਲ ਉਹ ਸਾਹਮਣੇ ਰਹਿ ਗਿਆ, ਤਾਂ ਇਹ ਨਵਾਂ ਘਰ ਹੈ। ਕਿੱਥੋਂ 14 ਕਿਲੋਮੀਟਰ ਕਿੱਥੋਂ, ਇੱਕ ਕਾਰ ਤੇ ਕੁਝ ਦੋਸਤ ਆਵਦੇ ਹਨ, ਉਹ ਮਿਲ ਚੌਕ ਮੁੰਡੇ ਕਿੱਥਾਂ ਤੱਕ, ਤਾਂ ਅੱਜ ਘਰ ਕੋਈ ਨਹੀਂ, ਜਾਣ ਕੇ 14 ਕਿਲੋਮੀਟਰ ਸਫ਼ਰ ਹੈ ਚੌਕ ਮੁੰਡੇ ਤੋਂ ਇੱਥਾਂ ਗਿਆ ਇੱਥਾਂ ਤੱਕ। ਅਸਾਂ ਮਜ਼ੀਦ ਨੰਬਰ 150 ਦਾ ਕਿਸੇ ਦੋਸਤ ਨੇ ਆਉਣਾ ਤਾਂ ਸਾਡੇ ਨੰਬਰ ਤੇ ਰابطਾ ਕਰਕੇ ਨਾ ਇਹਨਾਂ ਕੋਲੇ ਪਹੁੰਚ ਜਾਵਾਂਗੇ। ਤਾਂ ਇੱਥੇ ਵੀ ਫੈਮਲੇ ਦੇ ਪੈਨ, ਤਾਂ ਇਹ ਮੁੰਡੇ ਦੇ ਘਰ ਦੇ ਨਾਲ ਫੋਟੋ ਸ਼ਾਟੋ ਬਣੇ ਦੇ ਪੈਨ, ਇਹ ਬੋਰਡ ਏ ਪੀ ਆਉਂਦਾ ਮਗਰ ਸਾਦਿਕ ਮਗਾਨਾ ਡੇਰਾ, ਤਾਂ ਹੇਠ ਹੋਈ ਤੁਹਾਨੂੰ ਲਿਖੇ ਨਾ ਮਗਰ ਸ਼ਹਿਜ਼ਾਦ ਮਗਾਨਾ ਵਿਹਲਾ ਮੁੰਡਾ ਮਗਰ ਰਿਧਵਾਨ, ਤਾਂ ਇਹ ਵੇਖ ਆਪਣੇ ਇਹ ਵੀ ਇੱਕ ਦੋਸਤ ਏ ਪਿਆ ਵਿਹਲਾ ਮੁੰਡੇ ਦਾ ਇੱਕ ਮਿਲਣ ਆਇਆ ਖੜੇ, ਤਾਂ ਇਹ ਦੇਖੋ ਬੀ ਆਈ ਟੂ ਮਾਹੌਲ ਚੈੱਕ ਕਰੋ। ਇਹ ਦੋਸਤੋ ਤਕਰੀਬਨ ਤੁਸੀਂ ਚੈੱਕ ਕਰਕੇ ਦਾ ਸੀ ਪਿੱਛੋਂ ਵਿਹਲੇ ਮੁੰਡੇ ਦੇ ਘਰ ਦੇ ਪਿੱਛੋਂ ਅਗਰ ਵਿਹਲੇ ਮੁੰਡੇ ਦਾ ਘਰ ਤੁਸੀਂ ਦੇਖ ਗਈ ਦਾ ਸੀ ਕਿ ਅਸਾਂ ਉੱਥਾਂ ਹੀ ਪਹੁੰਚੇ ਖੜ੍ਹੇ ਹਾਂ ਵਿਹਲੇ ਮੁੰਡੇ ਦੇ ਘਰ, ਤਾਂ ਸਭਾਈ ਇਨ ਸ਼ਾਅੱਲਾ ਉਹਨਾਂ ਨਾਲ ਮੁਲਾਕਾਤ ਕਰੇ ਸੂੰ, ਤੁਹਾਨੂੰ ਵੀ ਮਿਲਵੇ ਸੂੰ, ਤਾਂ ਅਸਾਂ ਵੀ ਮਿਲ ਸੂੰ, ਉਹਦੇ ਉਹ ਤਾਂ ਵੀਡੀਓ ਵੀ ਬਣੇ ਸੂੰ, ਕਿਉਂਕਿ ਸਾਡਾ ਰਾਬਤਾ ਉਹਨਾਂ ਨਾਲ ਥਿਆ ਹੋਇਆ ਸੀ ਔਰ ਉਹ ਕਿ ਆ ਵਜੋਂ ਤੁਹਾਨੂੰ ਵੀਡੀਓ ਬਣਾਵਾਂਡੇ ਸਾਂ। ਤਾਂ ਦੋਸਤੋ ਇੱਥੇ ਹੀ ਕਰਦੇ ਪਏ ਵੀਡੀਓ ਦਾ ਐਂਡ, ਅਗਰ ਸਾਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ, ਤਾਂ ਮਿਲ ਸੂ ਨਵੀਂ ਵੀਡੀਓ, ਤਬ ਤੱਕ ਕੇ ਲਈ ਅੱਲਾ ਹਾਫਿਜ਼।